ਅਸਲਾਮ ਵਾਲੇਕੁਮ ਨਾਜ਼ਰੀਨ ਕੀ ਹਾਲ ਹੈ ਠੀਕ ਹੋ ਜੀ ਮੈਂ ਤੁਹਾਡਾ ਮੇਜ਼ਬਾਨ ਹਮਨ ਨਾਸਿਰ ਤੁਸਾਂ ਦੇ ਦੇਵਾ ਨਾਗਨੀ ਟੀਵੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਹੀ ਗੁਜ਼ਾਰਿਸ਼ ਕਿ ਅਗਰ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਰਾਏ ਮਿਹਰਬਾਨੀ ਸਬਸਕ੍ਰਾਈਬ ਕਰੋ ਜੀ ਦੋਸਤੋ ਅੱਜ ਮੇਰੇ ਨਾਲ ਮੌਜੂਦ ਹਨ ਪਲਾਸਟਿਕ ਵਾਲੀਬਾਲ ਦੇ ਲੈਜੈਂਡ ਮੀਆਂ ਮੁਹੰਮਦ ਅਲ ਮਰੂਫ ਮਲਕੀ ਫਿਆਜ਼ ਹੁਸੈਨ ਤੇ ਉਸ ਤੋਂ ਬਾਅਦ ਸ਼ਬੀਰ ਮੁਹੰਮਦ ਸ਼ਬੀਰ ਖਾਨ ਦਾਦੂ ਉਰਫ ਦਾਦੂ ਇਹਨਾਂ ਦਾ ਤਾਲੁਕ ਦਾਦੂ ਨਾਲ ਹੈ ਮਲਕੀ ਉਹਨਾਂ ਦਾ ਤਾਲੁਕ ਨਾਗਣੀ ਨਾਲ ਹੈ ਠੀਕ ਹੈ ਨਾ ਤੇ ਗੁਜ਼ਾਰਿਸ਼ ਹੈ ਭਾਈ ਜਿਹੜੀ ਇਹ ਵੀਡੀਓ ਹੈ ਵਾਲੀਬਾਲ ਪਲੇਅਰਾਂ ਵਾਸਤੇ ਦਿ ਵਾਲੀਬਾਲ ਦੇ ਜਿਹੜੇ ਸ਼ੌਕੀਨ ਹਜ਼ਰਤਾਂ ਹਨ ਉਹਨਾਂ ਵਾਸਤੇ ਵੀਡੀਓ ਹੈ ਤੇ ਗੁਜ਼ਾਰਿਸ਼ ਇੱਕ ਪਹਿਲੀ ਇਹ ਭਈ ਮਲਕੀ ਜਿਹੜਾ ਨਾ ਸਾਰੇ ਨਾਲ ਇੰਟਰਵਿਊ ਇਸ ਵਜ੍ਹਾ ਤੋਂ ਹੁੰਦਾ ਕਿਉਂਕਿ ਉਸੇ ਕਲੱਬ ਦੇ ਇੰਟਰਵਿਊ ਹੁੰਦੇ ਪਹਿਲੇ ਪਹਿਲੇ ਠੀਕ ਹੈ ਨਾ ਦਿਵਤ ਇਹਨਾਂ ਦੀ ਫਰਮਾਇਸ਼ ਹੁੰਦੀ ਹੈ ਭਈ ਪਹਿਲੇ ਸਾਨਾ ਮਲਕੀ ਨਾਲ ਬਲੇਸੋਤਾ ਸੰਟਰਵਿਊ ਦੇ ਸਾਨ ਨਹੀਂ ਤਾਂ ਕੋਨਾਂ ਨੇ ਸਾਂ ਅੱਜ ਦਾ ਜਿਹੜਾ ਇੰਟਰਵਿਊ ਦਾ ਮੇਨ ਬੰਦਾ ਹੈ ਉਹ ਹੈ ਜੀ ਚਾਚਾ ਸ਼ਬੀਰ ਠੀਕ ਹੈ ਨਾ ਇਹ ਮਲਕੀ ਕਲੱਬ ਦਾ ਡਿਫੈਂਸਰ ਆਈ ਚੰਗਾ ਡਿਫੈਂਸਰ ਜਿਹਨੇ ਸਾਰੇ ਕੋਲੋ ਮਿਸਾਲ ਮਸ਼ਹੂਰ ਹੁੰਦੀ ਹੈ ਨਾ ਭਾਈ ਜਿਹੜਾ ਅਸੀਲ ਉਹ ਨਹੀਂ ਹੁੰਦਾ ਜਿਹੜਾ ਸਿਰੋ ਮਾਰੋ ਨਾਲ ਹੋਵੇ ਚਾਚਾ ਹਾਂ ਅਸੀਲ ਉਹ ਆਉਂਦਾ ਜਿਹੜਾ ਝਲੈਂਦਾਰ ਆਂਦਾ ਹੈ ਪੇੜੇ ਚ ਤੇ ਚਾਚਾ ਉਹਨਾਂ ਵਹਿਦ ਬੰਦੇ ਆਣ ਜਿਹੜੇ ਮਲਕੀ ਕਲੱਬ ਦੇ ਜਿਹੜੇ ਖਾਲੀ ਝਲਣ ਤੇ ਰਾਨਦੇ ਆਣ ਵਾਲਾ ਨੂੰ ਤੇ ਐਸੀਲ ਔਰ ਮਲਕੀ ਕਲੱਬ ਦੀ ਜਾਨਵੀਆਂ ਇਹਨਾਂ ਨਾਲ ਤੁਹਾਡੀ ਗੱਲ ਵੀ ਕਰਨੇ ਆ ਇਹਨਾਂ ਦੇ ਅਸੂਲ ਹੀ ਪੁੱਛਦੇ ਆ ਡਿਫੈਂਸਰ ਦੇ ਸਾਹਮਣੇ ਵਾਲੀ ਪੁੱਛਦੇ ਆ ਬਈ ਡਿਫੈਂਸ ਕਿੰਨਾ ਹੋਣਾ ਚਾਹੀਦਾ ਹੈ ਕਿਹੇ ਸਾਹਮਣੇ ਚਾਹੀਦਾ ਅਸਲਾਮੁਅਲੈਕੁਮ ਜਜਾ ਵਾਅਲੈਕੁਮ ਅਸਲਾਮ ਕੀ ਹਾਲ ਚਾਲ ਹੈ ਅੱਲਾਹ ਪਾਕ ਦਾ ਬੜਾ ਕਰਮ ਠੀਕ ਹੋ ਸਭ ਤੋਂ ਪਹਿਲੇ ਤਾਂ ਤੁਹਾਨੂੰ ਨਾਂਗਣੀ ਟੀਮ ਵਿੱਚ ਵੈਲਕਮ ਠੀਕ ਹੈ ਨਾ ਠੀਕ ਹੈ ਤੇ ਨਾਜ਼ਰੀਨ ਦੀ ਤਰਫੋਂ ਸਾਰਾ ਅਸਲਾਮ ਸਲਾਮ ਦਵਾ ਹੋ ਗਿਆ ਅੱਛਾ ਜੀ ਤੁਸੀਂ ਸਾਰੇ ਨਾਜ਼ਰੀਨ ਨੂੰ ਦੱਸੋ ਬਈ ਤੁਸੀਂ ਕਦੋਂ ਸ਼ੁਰੂਆਤ ਕੀਤੀ ਹੈ ਉਲੀ ਧੀ ਗੇਮ ਮਤਾਂ ਸ਼ੁਰੂ ਕੀਤੀ ਹੈ 99 96

असां नाले ते डिफेंथ कराईंदी हुआसीं त डिफेंथ ई कराईंदी आहे की साॼे ॻोॾे ॻिटे रगड़े वेंदा आहिनि अच्छा हा ॿां ई साॼी रगड़ी वेंदियूं आहिनि असां लहू आंदा आहिनि असां यानी की इहे जीअं डिफैंथ कयूं उहो मैच कोन ई हूंदो जहिड़े ते विच असांजा गोॾा न रगड़ी अचे या आर क न रगड़े आॼ हले त जहिड़े मैच आहिनि उतां माशाला असां ॾिठे ख़ासि ठीकु कोन आहिनि लेकिन जहिड़ी मिसाल ॾे

ਲੇਕਿਨ ਮੈਂ ਜਿਹੜਾ ਖੁਦ ਫੈਨ ਆ ਮੋਚਾ ਚ ਸ਼ਬੀਰ ਦਾ ਬਲਕਿ ਮੈਂ ਇੱਥੇ ਚਾਹ ਸ਼ਬੀਰ ਬਣਦਾ ਹਾਂ ਨਾਮ ਡਿਫੈਂਸ ਤੋਂ ਲਿਆਜ਼ ਵਿੱਚ ਤੇ ਚਾਹ ਜੇ ਤੁਸੀਂ ਇਹ ਦੱਸੋ ਬਈ ਉਸ ਟਾਈਮ ਜਿਹੜੇ ਜੇ ਤੁਸੀਂ ਖੇਡਦੇ ਆ ਠੀਕ ਹੈ ਨਾ ਤੁਹਾਨੂੰ ਕੈਂ ਪਲੇਅਰ ਤੋਂ ਮੁਤਾਸਰ ਹੋ ਬਈ ਪਲੇਅਰ ਬਹੁਤ ਅੱਛਾ ਆਈ ਠੀਕ ਹੈ ਨਾ ਇਸ ਤੋਂ ਬਗੈਰ ਪਲੇਅਰ ਵਾਲੀਬਾਲ ਦੀ ਦੁਨੀਆ 'ਚ ਹੋਰ ਕੋਈ ਨਹੀਂ ਆ ਸਕਦਾ ਅਸਾਂ ਨੂੰ ਅਸਾਂ ਬਏ ਪਲੇਅਰ ਵੀ ਬੜੇ ਅੱਛੇ ਪਲੇਅਰ ਹਨ ਅਸਾਂ ਜਿਹੜਾ ਨਾਲ ਖੇਡਦੇ ਰਹਾ ਅੱਛਾ ਸਾਨੂੰ ਸਰਗੋਦ ਦਾ ਪਲੇਅਰ ਆਈ ਥਲਾਰ

दगारई क्यूकम सारी मूह सारी दादू तरगड़ा एरियर जी आई असां जले इता रश आई के असां दर नाल सारी पहले पहुची हुई हमामु पहुची वई आहे जॾहिं असां अॻियां आया सानी लंघण जी जान आई पई मिलंदी हमामु साॾी असां कतिरा लेट आहियां अमाम साॾी वली वेंदी आई असां हुन कोल पुछियो भई क्यूं तोसां भले वेंदे हो उनखे इतना रश की असां हूअ यानी की मैच हिते नाहे ॾेई सघिजे इतना राश हा आमामु मिसाल उतना उहो जहिड़ा हाई शहर आई उहे बिल्कुलु शहर ते भई गॾिया ई गॾिया आहिनि असां आमाम शहर जे बंदे भले वेंदा आहिनि की अमां इतना रश राश असां मैच ॾेखी न असांखे हीअ भई शीदी ते मलकी कलाब बड़ा हा बड़ा कन त वॾा मैच आई असां पहिरीं दफ़ा खेॾंदे पियासीं बहूं के न त इतना रश आई बिल्कुलु ॿहूं मिसाल मुक़ाबला बिल्कुलु थी आई असां उतू मैच जितासीं हा, के मुकाबला बिल्कुल मुकाबला थी बड़ा अच्छा त्राए गेम, गेम, आन। आ, गेम आन। ते दू पह गेम अस गेट गया थे अच्छा हाँ ल... गेम, गेम बाल आल था है कोई दू त्राए दफा थी है गेम बाल पहली गेम ते मैच यानी कि वो भी अच्छे खेल आने नहीं, नहीं भाई कोई गलत

ਅੱਛਾ ਹਾਂ ਬਾਕੀ ਅੱਛਾ ਉਸ ਟਾਈਮ ਸਮੇਸ਼ ਰੰਜ ਕਹਿੰਦਾ ਕਹਿੰਦਾ ਨਾ ਜਿਹੜੇ ਤੁਸੀਂ ਖੇਡਦੇ ਦੇ ਬਈ ਕਿਤਨੇ ਸਮੇਸ਼ ਉਸ ਟਾਈਮ ਮਸ਼ਹੂਰ ਹਨ ਬਈ ਜ਼ਬਰਦਸਤ ਹਨ ਸਾਡੇ

ਉਹ ਮੈਟਲੇ ਆਰ ਕਾ ਰਗੜੀਂ ਦਿਆ ਸੀ ਮੈਂ ਗੋਡੇ ਰਗੜੀਂ ਦਿਆ ਸੀ ਅਸਾਂ ਮਿਹਨਤ ਕਰੀਂ ਦਿਆ ਸੀ ਬਿਲਕੁਲ ਅਸਾਂ ਇਹ ਕਰਨੀ ਚਾਹੀਦੀ ਮਿਹਨਤ ਨਹੀਂ ਛੋੜਨੀ ਚਾਹੀਦੀ ਆਖਰੀ ਪੈੜ ਤੱਕ ਬੰਦੇ ਨੂੰ ਲੜਨਾ ਚਾਹੀਦਾ ਹਾਂ ਬਿਲਕੁਲ ਇਹ ਗੱਲ ਤਾਂ ਅੱਛਾ ਚਾਚਾ ਇਹ ਗੱਲ ਆਖਰ ਤੇ ਮੈਨੂੰ ਯਾਦ ਆ ਗਈ ਏ भई <ihak> होन दियो किथाई मैच होवे तुसा के बैठियो हां थारा दिल थिंदा या नहीं थिंदा दिल दिस दिस है थारा दिल थिंदा जिनियो बाला दीदे ना uh. थारा अजे ही दिल थिंदे के असा हो सकदे बाल नु वा असा वात भी मार था, था, था ने बऊ हुन ता असा जेड़े बाल भुकाइंदा थे बऊ औखियान मारने झिरक दे बाल भुकाइंदा थे चोटियां जा हुन ए ता उ काइने जे दीने हां भाई तू मार के बाल हां इते मेरे खाले फेरण वाला रिवाज फेरण वाला रिवाज आई में ਉਸ ਟਾਈਮ ਜਿਹੜਾ ਹੈ ਨਾ ਬਾਲ ਔਖਿਆਂ ਮਾਰਣੀ ਹੁਣ ਤਾਂ ਹਕੀਕਤ ਹੈ ਸਾਡਾ ਆਪਣਾ ਦਿਲ ਥੀਂ ਦੇ ਆਦਿਆ ਭਾਈ ਇਹ ਜੀਆਂ ਬਾਲ ਢੀ ਵਿਆ ਤੇ ਔਕਾ ਵੱਲੇ ਵੀ ਨਾ ਨਾਜ਼ਰੀਂ ਮੈਂ ਤੁਹਾਨੂੰ ਤੇ ਦੱਸਣਾ ਚਾਹਾਂ ਭਾਈ ਚਾਚਾ ਸਪੈਸ਼ਲ ਥਾਰਡ ਦੇ ਬਾਲ ਬਣਾ ਕੇ ਦੇਣ ਉਹ ਨਹੀਂ ਆ ਮਾਰ ਠੀਕ ਹੈ ਨਾ ਅੱਜ ਕੱਲ ਤਾਂ ਮੇਰੇ ਖਿਆਲ ਉੱਚਾਵੇਂ ਦਿਆ ਕਿ ਰੈਫਰੀ ਨਾਦਰ ਭਾਈ ਰੈਫਰੀ ਨਾ ਬਿਲਕੁਲ ਹਾਂ ਦenial ਗਾਲਿਆ ਹਾਂ ਆਥਾ ਤੇ ਹਾਂ ਭਾਈ ਮਾਲ ਮਾਲ ਅਗਲਾ ਇਤਰਾਜ਼ ਕਰੀਂਦਾ ਕਿ ਵਾਕਈ ਬਈ ਬਾਲ ਹੀ ਉਹਨੇ ਔਖੇ ਬੁਕੈਨੇ ਅੱਛਾ ਹਾਂ ਸਾਜਦ ਖਾਨ ਉਹਨਾਂ ਨੇ ਸਾ ਦਿੱਤੇ ਨੁ ਨਹੀਂ ਬੜੇ ਆਥਾ ਤੇ ਇਤਰਾਜ਼ ਕਰੀਂਦਾ ਭਈ ਔਖੇ ਬਾਲ ਬੁਕੈਨੇ ਤੇ ਅਸ ਉਹ ਨਨ ਮਾਰਤਨ ਅੱਛਾ ਤੇ ਕੋਈ ਓਵਰ ਸਮੇਸ਼ਰ ਦੇ ਬਾਰੇ ਉਸ ਟਾਈਮ ਕੋ ਓਵਰ ਸਮੇਸ਼ਰ ਤੇ ਤੁਹਾਰੇ ਨਾਲ ਭਈ ਹੋਵੇ ਭਈ ਬਹੁਤ ਜ਼ਬਰਦਸਤ ਓਵਰ ਸਮੇਸ਼ਰ ਹੈ ਇਸ ਵਾਰ ਫਰੰਟ ਵਾਲਾ ਬਾਲ ਯਾਨੀ ਕਿ ਤਣੀ ਹਾਲ ਜਨਵਾਦਨ ਮਾਰਨਾ ਔਖੇ ਸਾਜਦ ਤੋ ਆਸਾਨ ਨਹੀਂ ਜੰਬਿਆ ਆਥਾ ਤੇ ਸਾਜਦ ਅੱਛਾ ਪਲੇਅਰ ਹੈ ਅੱਛਾ ਹਾਂ ਸਾਜਦ ਬਹੁਤ

ਜੀ ਨਾਜ਼ਰੀਨ ਤੁਸੀਂ ਸੁਣਿਆ ਹੈ ਜੱਜ ਸ਼ਬੀਰ ਦੀ ਇਹ ਡਿਫੈਂਸ ਦੀ ਦੁਨੀਆ ਜਿਹਦਾ ਇੱਕ ਪੁਰਾਣਾ ਨਾਂ ਰਹੀ ਹੈ ਠੀਕ ਹੈ ਨਾ ਔਰ ਸਾਡੀ ਸਭ ਤੋਂ ਪਹਿਲੇ ਸਾਡਾ ਯਾਨੀ ਕਿ ਜਿਹੜਾ ਖਿਆਲ ਹੈ ਮੈਂ ਜਿੰਨੇ ਵੀ ਪੁਰਾਣੇ ਪਲੇਅਰ ਹੈ ਨਾ ਜਿਸ ਦੀ ਵਜ੍ਹਾ ਤੋਂ ਅੱਜ ਉੱਲੀ ਖੇਡੀ ਵੈਂਦੀ ਹੈ ਔਰ ਉੱਲੀ ਜਾਣੀ ਵੈਂਦੀ ਹੈ ਕਿਹੜੇ ਉੱਲੀ ਨੂੰ ਉਸਾਰ ਕਿ ਉੱਥਾਂ ਗਏ ਨੇ ਕਹਿੰਨ ਉਹਨਾਂ ਦਾ ਪਹਿਲੇ ਇੰਟਰਵਿਊ ਹੋਣਾ ਚਾਹੀਦਾ ਹੈ ਇਨਸ਼ਾਅੱਲਾ ਨਵਾਂ ਦੀ ਕਰਸਾਂ ਕਿਉਂਕਿ ਨਵਾਂ ਦੇ ਮੈਕਸਿਮਮ ਚਾਰ ਨਾ ਹਨ ਕਿਉਂਕਿ ਨਵਾਂ ਪਲੇਅਰ ਆਈ ਤੇ ਕੋਈ ਨਹੀਂ ਆਂਦਾ ਪਿਆ ਪੁਰਾਣਾ ਦੌਰ ਆਈ ਪਲੇਅਰ ਬਹੁਤ ਜ਼ਿਆਦਾ ਹਨ ਮਾਸ਼ਾਅੱਲਾ ਪਿਆਰੀ ਆਈ ਮੁਹੱਬਤ ਆਈ ਖੇਦੇ ਵੀ ਆਵਾਮ ਵਾਸਤੇ ਹਨ ਅੱਜ ਕੱਲ ਤੋਂ ਉਹ ਰੁਟੀਨ ਰਹੀ ਨਹੀਂ ਤੇ ਚਾਚਾ ਬਹੁਤ ਮਿਹਰਬਾਨੀ ਮਾਲਕਵਾਦ ਕੁਛ ਰੱਖਤੇ ਫਿਆਜ਼ ਭਾਈ ਤੁਸੀਂ ਵੀ ਸ਼ੁਕਰੀਆ ਠੀਕ ਹੈ ਨਾ ਤੇ ਇਨਸ਼ਾਅੱਲਾ ਮਾਮਲ ਗਿੰਦੇ ਤੁਸੀਂ ਹਰ ਇੰਟਰਵਿਊ ਦੇ ਦਰਾਸੋ ਅੱਗੇ ਜਿਤਨੇ ਵੀ ਥੀਸਨ ਤੇ ਆਖਰ ਤੇ ਅਜ਼ਰਾਓ ਵਜ਼ਰਾਓ ਨਾਗਨੀ ਟੀਵੀ ਦੇ ਦਰਾਓ ਅੱਲਾ ਦੇ ਹਵਾਲੇ ਬਹੁਤ ਸ਼ੁਕਰੀਆ